ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਟੀਮ ਇੰਡੀਆ ਨੇ ਸਪੇਨ ਨੂੰ 2-1 ਨਾਲ ਹਰਾਇਆ। ਭਾਰਤ ਲਈ ਦੋਵੇਂ ਗੋਲ ਹਰਮਨਪ੍ਰੀਤ ਸਿੰਘ ਨੇ ਕੀਤੇ। ਟੀਮ ਇੰਡੀਆ ਦੇ ਮਹਾਨ ਗੋਲਕੀਪਰ ਪੀ ਸ਼੍ਰੀ ਜੇਸ਼ ਲਈ ਇਹ ਮੈਚ ਬਹੁਤ ਖਾਸ ਸੀ। ਇਹ ਉਸਦੇ ਕੈਰੀਅਰ ਦਾ ਆਖਰੀ ਮੈਚ ਸੀ। ਟੀਮ ਇੰਡੀਆ ਨੇ ਪੈਰਿਸ ਓਲੰਪਿਕ ਵਿੱਚ ਇਹ ਚੌਥਾ ਤਗਮਾ ਹਾਸਲ ਕੀਤਾ। ਭਾਰਤ ਨੇ ਪੈਰਿਸ ਓਲੰਪਿਕ ਵਿੱਚ ਇਹ ਚੌਥਾ ਤਗਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਉਹ ਨਿਸ਼ਾਨੇਬਾਜ਼ੀ ਵਿੱਚ 3 ਤਗਮੇ ਹਾਸਲ ਕਰ ਚੁੱਕਾ। ਪਹਿਲੇ ਕੁਆਟਰ ਫਾਈਨਲ ਵਿੱਚ ਦੋਵੇਂ ਟੀਮਾਂ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੰਦੀਆਂ ਨਜ਼ਰ ਆਈਆਂ, ਪਰ ਇਸ ਵਿੱਚ ਇੱਕ ਵੀ ਗੋਲ ਨਹੀਂ ਹੋ ਸਕਿਆ। ਦੂਜੇ ਕੁਆਟਰ ਵਿੱਚ ਸਪੇਨ ਜਿੱਤ ਗਿਆ, ਇਸ ਲਈ ਮਾਰਕ ਮਿਰਾਲੇਸ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਹਾਲਾਂਕਿ ਸਪੇਨ ਦੀ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕ ਸਕੀ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣੀ ਤਾਕਤ ਦਿਖਾਉਂਦੇ ਹੋਏ ਭਾਰਤ ਲਈ ਗੋਲ ਕੀਤਾ। ਇਸ ਤਰ੍ਹਾਂ ਦੂਜੇ ਕੁਆਟਰ ਦੇ ਅੰਤ ਤੱਕ ਭਾਰਤ ਅਤੇ ਸਪੇਨ ਦੀਆਂ ਟੀਮਾਂ 1-1 ਨਾਲ ਬਰਾਬਰੀ 'ਤੇ ਰਹੀਆਂ। ਸਪੇਨ ਨੇ ਆਖਰੀ ਕੁਆਟਰ ਵਿੱਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸਨੂੰ ਸਫਲਤਾ ਨਹੀਂ ਮਿਲੀ। ਸਪੇਨ ਨੂੰ ਆਖਰੀ ਮਿੰਟ ਵਿੱਚ ਪਲੰਟੀ ਕਾਰਨਰ ਵੀ ਮਿਲਿਆ, ਪਰ ਭਾਰਤ ਦੇ ਸਟਾਰ ਗੋਲਕੀਪਰ ਸ਼੍ਰੀ ਜੇਸ਼ ਨੇ ਆਸਾਨੀ ਨਾਲ ਇਸ ਨੂੰ ਬਚਾ ਲਿਆ। ਸਪੇਨ ਨੇ ਆਖਰੀ ਕੁਆਟਰ ਵਿੱਚ ਗੋਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਭਾਰਤ ਜਿੱਤ ਗਿਆ। ਟੀਮ ਇੰਡੀਆ ਨੇ ਇਹ ਮੈਚ ਜਿੱਤ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।